ਹਾਂਜੀ, ਕੀ ਹਾਲ ਜੀ ਸਾਰਿਆਂ ਦਾ? ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ ਯੂਟਿਊਬ ਪਰਿਵਾਰ ਆ ਨਾਲ ਜੁੜਿਆ ਰੌੜਕੀ ਵਾਲੇ ਵੱਲੋਂ ਅਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ। ਜਿੱਦਾਂ ਆਪ ਜਾਣਦੇ ਹੀ ਆ ਜੀ, ਕੱਲ੍ਹ ਰਾਤੀ ਆਪਾਂ ਰੁਕੇ ਸੀ ਪਿੰਡ ਪਾਖੀ ਗੁਰੂ ਘਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ। ਇਹ ਆਪਣੇ ਜਿਹੜਾ ਟਰੱਸਟ ਆ ਹੇਮਕੁੰਟ ਸਾਹਿਬ ਦਾ, ਉਹਨਾਂ ਦੇ ਗੁਰੂ ਘਰ ਆ ਇੱਧਰ ਬਣਾਏ ਹੋਏ ਆਪਣੇ ਸੰਗਤ ਦੇ ਰੁਕਣ ਲਈ, ਪ੍ਰਸ਼ਾਦਾ ਪਾਣੀ ਛਕਣ ਲਈ। ਅਤੇ ਰਾਤ ਆਪਾਂ ਇੱਥੇ ਰੁਕੇ ਸੀ ਅਤੇ ਮੀਂਹ ਨੇ ਕਰ ਦਿੱਤਾ ਰਾਤੀ ਪੂਰਾ, ਖੱਜਲ ਪਟਾਕਾ ਪਾਇਆ ਪੂਰੀ ਸਾਰੀ ਰਾਤ। ਅਤੇ ਅੱਜ ਵੀ ਟਾਈਮ ਹੁਣ ਜ਼ਿਆਦਾ ਹੋ ਗਿਆ ਸਵੇਰੇ, ਅਤੇ ਹੁਣ ਲੱਗੇ ਹਾਂ ਲਗਾਮਾਂ ਛੱਡਣ ਘੋੜੇ ਦੀਆਂ। ਥੋੜ੍ਹਾ ਜਿਹਾ ਠੱਲਿਆ ਆ ਮੀਂਹ, ਤੁਹਾਨੂੰ ਬਾਹਰ ਦਾ ਪਹਿਲਾਂ ਹੱਲ ਜਿਹਾ ਦਿਖਾ ਲੈਂਦੇ ਥੋੜ੍ਹਾ ਜਿਹਾ। ਆਹ ਦੇਖੋ ਜੀ ਬੱਦਲ, ਕਦਾਂ ਬੱਦਲੇ ਬੱਦਲ ਹੋਇਆ ਪਿਆ, ਪਹਾੜ ਤਾਂ ਕੋਈ ਦੀਦਾ ਹੀ ਨਹੀਂ ਹੈਗਾ। ਆਪਾਂ ਤਾਂ ਇਹਦਾ ਆਨੰਦ ਮਾਣਦੇ ਹਾਂ, ਆਪਾਂ ਨੂੰ ਨਜ਼ਾਰਾ ਹੀ ਗਈਦਾ ਅਤੇ ਨਜ਼ਾਰਾ ਹੀ ਸਮਝਦੇ ਹਾਂ ਜਿੰਨੇ ਵੀ ਆਪਾਂ ਘੁੰਮਣ ਫਿਰਨ ਵਾਲੇ ਇੱਧਰ ਨੂੰ ਆਉਂਦੇ ਹਾਂ ਜਾਂ ਦਰਸ਼ਨਾਂ ਲਈ ਵੀ ਆਉਂਦੇ ਹਾਂ। ਅਤੇ ਇੱਦਾਂ ਦਾ ਮੌਸਮ ਦੇਖ ਕੇ ਕਹਿ ਦਈਦਾ ਵੀ ਕੀ ਨਜ਼ਾਰਾ ਵੱਜ ਗਿਆ, ਪਰ ਇੱਥੇ ਦੇ ਲੋਕਾਂ ਲਈ ਇਹ ਆਫਤ ਆ, ਕਿਉਂਕਿ ਇਹ ਹੀ ਬੱਦਲ ਆ ਜਿਹੜੇ ਫਟਦੇ ਆ ਅਤੇ ਮੁੜ ਕੇ ਬਹੁਤ ਭਾਰੀ ਨੁਕਸਾਨ ਹੁੰਦਾ ਆ, ਜਾਨੀ ਵੀ ਮਾਲੀ ਵੀ। ਵੀ ਬੜਾ ਔਖਾ ਸਰਵਾਈਵ ਕਰਦੇ ਆ ਲੋਕ, ਧਾਂਦੇ ਆ ਇੱਧਰਲੇ। ਸਲੂਟ ਹੈ ਇਹਨਾਂ ਲੋਕਾਂ ਨੂੰ। ਅਤੇ ਆਲਾ ਦੁਆਲਾ ਦਿਆ ਚਾਕਾ ਦੇਖੋ, ਬਿਲਕੁਲ ਬਿਲਕੁਲ ਭਾਜੀ। ਅਤੇ ਦੇਖੋ ਜੀ ਬੱਦਲਬਾਜੀ ਕਿੱਦਾਂ ਛਾਈ ਪਈ ਆ, ਮੀਂਹ ਪੈਂਦਾ ਆ ਉੱਦਾਂ ਹਾਲੇ, ਪਰ ਛੱਡਦੇ ਹਾਂ ਆਪਾਂ ਲਗਾਮਾਂ ਘੋੜੇ ਦੀਆਂ, ਦੇਖਦੇ ਹਾਂ ਕਿੱਥੇ ਤੱਕ ਪਹੁੰਚ ਹੁੰਦਾ। ਅਤੇ ਇੱਧਰ ਬਾਈ ਵਾਲਾ ਘੋੜਾ ਅਤੇ ਇੱਧਰ ਆਪਣੇ ਵਾਲਾ ਘੋੜਾ, ਤੂਫਾਨ ਆ। ਸਮਾਨ ਲੱਥਾ ਆਪਾਂ ਲੱਦ ਲਿਆ ਆ ਅਤੇ ਹੁਣ ਇੱਥੋਂ ਪੌੜੀਆਂ ਥੱਲੇ ਲਾ ਕੇ ਆਹ ਰੋਡ 'ਤੇ ਛੱਡਣੀਆਂ ਆਪਾਂ ਲਗਾਮਾਂ, ਇੱਧਰ ਨੂੰ ਜਾਣਾ। ਅਤੇ ਇੱਕ ਆ ਬਾਈ ਇੱਥੇ ਰਾਤੀ ਆਇਆ ਸੀਗਾ, ਰਾਤੀ ਕਿੰਨੇ ਕੁ ਵਜੇ ਆਇਆ ਬਾਈ ਤੂੰ? 11:30 ਵਜੇ ਆਏ ਰਾਤੀ ਬਾਈ। ਅਤੇ ਬਾਈ ਕਹਿੰਦਾ ਰੁਕਣਾ ਆਪਾਂ, ਕਿਹਾ ਗੁਰੂ ਘਰ ਰੁਕਣ ਲਈ ਹੁੰਦਾ, ਆ ਜਾ ਤੂੰ ਬਾਈ। ਇੱਥੇ ਫਿਰ ਰੁਕਿਆ ਸੀਗਾ ਅਤੇ ਬਾਈ ਨਵੇਂ ਸ਼ਹਿਰ ਤੋਂ ਆਪਣੇ, ਅਤੇ ਬਾਈ ਤੁਰ ਕੇ ਯਾਤਰਾ ਕਰ ਰਿਹਾ ਆ। ਬਾਈ ਕਿੱਥੋਂ ਸ਼ੁਰੂ ਕੀਤੀ ਸੀ ਅਤੇ ਕਿੱਥੇ ਤੱਕ ਆ? ਠੀਕ ਆ, ਕਿੱਧਰ ਕਿੱਧਰ ਦੀ? ਚਾਰ ਸਾਲ ਹੋ ਗਏ ਘਰੋਂ ਬਾਹਰ। ਉਹ ਵਾਹ ਬਈ ਵਾਹ, ਬੰਦਾ ਭਗਤ ਹੀ ਆ ਜੀ, ਤੇ ਨਾਂ ਨੂੰ ਕਹਿੰਦਾ ਚੇਤੇ ਨੀ ਵਿਚਾਰੇ ਨੂੰ। ਤੇ ਨੀ ਵਾਦੀ ਨਵੇਂ ਸ਼ਹਿਰ ਚ ਪੈ ਜਾਂਦਾ ਹੈ। ਠੀਕ, ਤੇ ਹੁਣ ਅੱਜ ਕਿੱਥੋਂ ਤੁਰ ਕੇ ਆਇਆ ਸੀ ਬਾਈ? ਅੱਜ ਮੈਂ ਆਇਆ ਹੇਮਕੁੰਟ ਸਾਹਿਬ ਤੋਂ ਸਿੱਧਾ ਰਾਤੀ ਰਾਤੀ ਹੇਮਕੁੰਟ ਸਾਹਿਬ ਤੁਰਿਆ ਜੀ, ਤੁਰ ਕੇ ਇੱਥੇ ਪਹੁੰਚ ਗਿਆ। ਵਾਹ ਬਈ ਵਾਹ, ਅਸੀਂ ਸਾਈਕਲ ਤੇ ਪਹੁੰਚੇ, ਉਸਤਾਦ ਤੂੰ ਤਾਂ ਸਾਡਾ ਵੀ ਉਸਤਾਦ ਆ, ਗੁਰੂਆਂ ਨੂੰ ਯਾਰ ਸਲੂਟ ਆ ਤੈਨੂੰ। ਦੁਨੀਆਂ ਪਰੇ ਤੋਂ ਪਰੇ ਆ ਭਾਜੀ। ਨਾਂ ਕੀ ਹੈ ਤੇਰਾ ਬਾਈ? ਵੀਰੂ। ਵੀਰੂ ਹੈ ਨਾ, ਠੀਕ ਆ। ਇਹ ਆ ਬਾਈ ਵੀਰੂ, ਠੀਕ ਆ ਬਾਈ ਹੈ। ਇਹ ਵੀਰੂ ਵੀਰ ਨੇ ਹੁਣ ਦੱਸਿਆ ਆਪਾਂ ਨੂੰ, ਅਤੇ ਮੈਂ ਕਿਹਾ ਦੁਬਾਰ ਤੋਂ ਕਲਿੱਪ ਸ਼ੂਟ ਕਰਦੇ ਹਾਂ ਆਪਾਂ ਨੂੰ, ਚਲੋ ਇਹਦੇ ਬਾਰੇ ਜਾਣਕਾਰੀ ਨਹੀਂ ਉੱਦਾਂ ਹੈਗੀ। ਅਤੇ ਬਾਈ ਇਹ ਕਹਿੰਦਾ, ਕਹਿੰਦਾ 12 ਧਾਮ ਹੈ ਨਾ, 12 ਧਾਮ 12 ਧਾਮ ਦੇ ਦਰਸ਼ਨ ਕੀਤੇ ਆ ਤੁਰ ਕੇ, ਹੈ ਨਾ। ਠੀਕ ਹੈ ਠੀਕ, ਸਾਰੇ ਇੱਧਰ ਵੀ ਹੈ ਨਾ, ਚਾਰੇ ਜਿਹੜੇ ਆ ਕੇਦਾਰਨਾਥ ਬਦਰੀਨਾਥ ਹੈ ਨਾ। ਠੀਕ ਠੀਕ ਠੀਕ, 12 ਧਾਮ ਹੈ ਨਾ, ਸਹੀ ਆ ਬਾਈ। ਚਲੋ ਇਹ ਵੀ ਤੇਰੇ ਕੋਲ ਜਾਣਕਾਰੀ ਮਿਲ ਗਈ, ਆਪਾਂ ਨੂੰ ਪਤਾ ਨਹੀਂ ਸੀਗਾ। ਧੰਨਵਾਦ ਮੇਰਾ ਭਰਾ। ਮੀਂਹ ਦੇ ਕਾਰਨ ਲੈਂਡ ਸਲਾਈਡਿੰਗ ਹੋਈ ਹੋ ਜੀ, 10 ਕੁ ਕਿਲੋਮੀਟਰ ਆ ਗਏ ਆਪਾਂ ਪਾਖੀ ਤੋਂ ਛੱਡ ਲਗੇ, ਲਗਾਮਾਂ ਛੱਡੀਆਂ ਘੋੜੇ ਦੀਆਂ, ਵੀਡੀਓ ਆਪਾਂ ਮੀਂਹ ਕਰਕੇ ਘੱਟ ਬਣਾਉਂਦੇ ਹਾਂ। ਅਤੇ ਮੈਂ ਕਿਹਾ ਇੱਥੇ ਤੁਹਾਨੂੰ ਦੱਸ ਦਈਏ, ਪਾਖੀ ਤੋਂ 10 ਕੁ ਕਿਲੋਮੀਟਰ ਅੱਗੇ ਆ ਕੇ
ਲੈਂਡਸਲਾਈਡਿੰਗ ਹੋਈ ਆ। ਹਾਂਜੀ ਜੀ, ਆ ਕੈਫੇ BRO ਵਾਲਿਆਂ ਦਾ, ਅਗੇ ਤੁਸੀਂ ਪਿਛਲੀਆਂ ਵੀਡੀਓ 'ਚ ਵੀ ਦੇਖ ਚੁੱਕੇ ਹਾਂ। ਅੱਜ ਦਾ ਸਫ਼ਰ ਸਾਰਾ ਮੀਂਹ ਦੇ ਵਿੱਚ ਹੀ ਲੱਗਦਾ ਜਾਊਗਾ। ਉੱਥੋਂ ਮੀਂਹ ਦੇ ਵਿੱਚ ਤੁਰ ਪਏ ਸੀ, ਸੋਚਿਆ ਸੀ ਚੱਲ 2-4 ਕਿਲੋਮੀਟਰ ਮੀਂਹ ਹੁੰਦਾ ਆ, ਮੂਹਰੇ ਜਾ ਕੇ ਪਹਾੜਾਂ 'ਚ ਮੀਂਹ ਮੌਸਮ ਬਦਲ ਜਾਂਦਾ, ਪਰ ਇਹ ਤਾਂ ਲੱਗਦਾ ਆ ਵੀ ਮੌਸਮ ਦੇਖ ਕੇ ਪੂਰੇ ਉੱਤਰਾਖੰਡ 'ਚ ਹੀ ਪੈ ਰਿਹਾ ਆ। ਆਹ ਦੇਖੋ ਮੌਸਮ, ਬੱਦਲ ਬਾਈ ਮੂਹਰੇ ਬਹੁਤ ਆ, ਆਪਾਂ ਇੱਧਰ ਨੂੰ ਹੀ ਜਾਣਾ ਆ। ਅੱਜ ਦਾ ਦਿਨ ਲੱਗਦਾ ਮੀਂਹ 'ਚ ਨਿਕਲੂਗਾ ਸਾਰਾ ਹੀ। ਇਸ ਟਾਈਮ ਆਪਾਂ ਖੜ੍ਹੇ ਹਾਂ, ਇਹ BRO ਵਾਲਿਆਂ ਦਾ ਕੈਫੇ ਆ ਇਹ, ਅਤੇ ਜਾਣੀ ਇਹ ਸਫ਼ਰ ਆਪਾਂ ਕੱਢ ਦਿੱਤਾ ਆ। 18 ਕਿਲੋਮੀਟਰ ਆ ਗਏ ਆਪਾਂ ਪਾਖੀ ਤੋਂ, ਪੀਪਲਕੋਟੀ ਵੀ ਆਪਾਂ ਲੰਘੇ ਆਏ ਹਾਂ, ਪੀਪਲਕੋਟੀ ਆਪਾਂ ਕਰ ਲਿਆ ਕਰੋਸ। ਇਹ ਪੀਪਲਕੋਟੀ ਤੋਂ 10 ਕਿਲੋਮੀਟਰ ਦੂਰ ਆ ਇਹ, 8-10 ਕ ਲਾ ਲਓ ਬਈ ਕੈਫੇ BRO। ਆ ਜਾ ਹੁਣ ਇੱਥੇ ਚਾਹ ਪਾਣੀ ਪੀਂਦੇ ਹਾਂ, ਫਿਰ ਛੱਡਾਂਗੇ ਲਗਾਮਾਂ ਘੋੜੇ ਦੀਆਂ, ਅਤੇ ਘੋੜੇ ਆਪਾਂ ਲਾ ਤੇ ਆ ਉੱਧਰ, ਉਹ ਬਾਈ ਵਾਲਾ ਅਤੇ ਉਹ ਆਪਣੇ ਵਾਲਾ। ਕੜਾ ਤੂਫਾਨ ਸੱਚ, ਬਾਈ ਕਹਿੰਦਾ ਵੀ ਮਸਾਲਾ ਜਿਹਾ ਖਾਣਾ ਉਹ ਜਿਹੜਾ ਘਰੋਂ ਬਣਾ ਕੇ ਲਿਆਏ, ਚੇਤਾ ਹੀ ਬੋਲੇ ਉਹ ਕੱਢ ਲਈਏ ਬੈਗ 'ਚੋਂ, ਕਿਉਂਕਿ ਅੱਜ ਰੋਟੀ ਪਾਣੀ ਤਾਂ ਖਾ ਕੇ ਤੁਰੇ ਹੀ ਨਹੀਂ ਹੈਗੇ। ਲਓ ਜੀ ਚਾਹ, ਭੁਜੀਆ, ਬਦਾਮਾਂ ਦਾ ਮਾਲ ਆਇਆ, ਮਸਾਲਾ, ਗਗਨਦੀਪ ਭਾਜੀ। ਮੈਂ ਜਦੋਂ ਮਸਾਲਾ ਖਾਣਾ ਤਾਂ ਮੈਨੂੰ ਤਾਂ ਕਈ ਭਾਜੀ ਸਮਝਦੇ ਰਹਿੰਦੇ ਹੁੰਦੇ ਵੀ ਗਲਤ ਚੀਜ਼ੇ ਖਾਈ ਜਾਂਦਾ। ਆਹ ਦੇਖ ਲਓ ਭਰਾਵਾ, ਅੰਮ੍ਰਿਤਧਾਰੀ ਬੰਦਾ ਆਇਆ, ਭਾਜੀ ਵੀ ਖਾਂਦਾ, ਮੈਂ ਵੀ ਇਹ ਖਾਂਦਾ ਹੁੰਦਾ, ਮੈਂ ਕੋਈ ਹੋਰ ਨਹੀਂ ਖਾਂਦਾ ਹੁੰਦਾ। ਨਾਲੇ ਇੰਨਾ ਨਹੀਂ ਚੱਕ ਕੇ ਫਿਰ ਆਉਂਦੀ ਉਹ ਚੀਜ਼, ਉਹ ਥੋੜ੍ਹੀ ਚੱਕਣੀ ਪੈਂਦੀ ਆ। ਕਿੰਨਾ ਖਲਾਰਾ ਕਿੱਥੇ, ਹਾਂ ਇੰਨਾ ਖਲਾਰਾ ਨਹੀਂ ਉਹਦਾ ਸਾਂਭ ਹੁੰਦਾ। ਆਇਆ BRO ਵਾਲਿਆਂ ਦਾ ਧਾਮ ਝਾਮ ਜਿਹਾ, ਸੋਹਣਾ ਆਇਆ ਪ੍ਰਬੰਧ ਇਹਨਾਂ ਦਾ। ਹਾਂਜੀ, ਚਾਹ ਪਾਣੀ ਪੀ ਕੇ ਲਗਾਮਾਂ ਛੱਡੀਆਂ ਜੀ ਘੋੜੇ ਦੀਆਂ, ਭੀਮਤਲਾ ਪਹੁੰਚੇ ਆਪਾਂ। ਭੀਮਤਲਾ ਝਰਨਾ ਤੁਸੀਂ ਪਿਛਲੀ ਆਪਣੀ ਵੀਡੀਓ 'ਚ ਵੀ ਦੇਖ ਚੁੱਕੇ ਹਾਂ, ਜਦੋਂ ਆਪਾਂ ਹੇਮਕੁੰਟ ਸਾਹਿਬ ਨੂੰ ਜਾ ਰਹੇ ਸੀਗੇ ਉਦੋਂ ਇਹ ਝਰਨਾ ਸੀਗਾ। ਅੱਜ ਦਾ ਇੱਦਾਂ ਲੱਗਦਾ ਜਿੱਦਾਂ ਕਿਸੇ ਨੇ ਤਾਂ ਮੋਗਾ ਖੋਲਤਾ ਹੁੰਦਾ ਆ। ਇੱਕ ਮੀਂਹ ਪਿਆ ਲਿਆ ਜੀ, ਇੰਨੀ ਸਪੀਡ ਬਣ ਗਈ ਇਹਦੀ। ਭੀਮਤਲਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ, ਅਤੇ ਮੌਸਮ ਦੇਖ ਲਓ ਇੱਧਰ, ਬੱਦਲ ਨੀਵੇਂ ਪਹਾੜ ਉੱਚੇ ਪਹਿਲਾਂ ਹੁੰਦੇ ਸੀ, ਅੱਜ ਪਹਾੜ ਉੱਚੇ ਅਤੇ ਬੱਦਲ ਨੀਵੇਂ। ਓ ਹੋ ਹੋ, ਚਲੋ ਛੱਡੀਏ ਲਗਾਮਾਂ ਫਿਰ ਘੋੜੇ ਦੀਆਂ। ਹਾਂਜੀ ਗਗਨਦੀਪ ਭਾਅ ਜੀ ਕਿੱਦਾਂ, ਐਵੇਂ ਆ। ਪਹੁੰਚ ਗਏ ਜੀ ਆਪਾਂ ਸ਼ਹਿਰ ਚਮੋਲੀ, ਅਤਿਥੀ ਦੇਵੋ ਭਵ। ਬਾਈ ਨੂੰ ਤਾਂ ਗਰਮੀ ਨਹੀਂ ਲੱਗਦੀ, ਬਣੈਣ ਪਾ ਜਾਂਦੇ, ਅੱਜ ਮੌਸਮ ਨੇ ਬਦਲ ਦਿੱਤੇ ਰੰਗ। ਜੇ ਮੀਂਹ ਨਾ ਆਉਂਦਾ ਭਾਜੀ ਮਜ਼ਾ ਨਹੀਂ ਆਉਣਾ ਵੀਡੀਓ ਦੇਖਣ ਦਾ, ਕਹਿਣਾ ਉੱਤਰਾਖੰਡ ਗਏ ਯਾਰ, ਮੀਂਹ ਮੂੰਹ ਪਿਆ ਹੀ ਨਹੀਂ, ਨਹੀਂ ਕਹਿਣਾ ਲੈਛੀ ਆ। ਅਤੇ ਇੱਧਰ ਆਪਣੇ ਘੋੜੇ ਬਾਈ ਆਪਾਂ ਨੂੰ ਮਿਲ ਗਏ ਸੀਗੇ ਫਿਰ ਆਪਣੇ ਯਮੁਨਾ ਨਗਰ ਵਾਲੇ, ਹਾਂ ਅਤੇ ਬਾਈ ਕਹਿੰਦੇ ਆ ਜਾ ਪਹਿਲਾਂ ਚਾਹ ਚੂ ਪੀਂਦੇ ਹਾਂ। ਕਿੱਦਾਂ ਕਹਿਵੇਂ ਆ, ਵਧੀਆ ਰਿਹਾ ਸਫ਼ਰ ਯਾਤਰਾ, ਨਜ਼ਾਰੇ ਆ ਪੂਰੇ ਸਹੀ ਆ, ਵਧੀਆ ਕਾਇਮ ਆ। ਉਹ ਬੰਦਾ ਪਛਾਣ ਲਿਆ, ਫੜਨ ਆਇਆ ਭਾਈ ਤੇ ਜਿੱਥੇ ਟਰੱਕ ਜਾਂਦੀਆਂ ਜਾ ਕੇ ਬਾਂਟੀ ਭਾਜੀ। ਕਿੱਦਾਂ ਭਾਜੀ ਵਧੀਆ ਰਿਹਾ ਸਫ਼ਰ, ਆਨੰਦ ਪੂਰਾ ਸਹੀ ਆ, ਚੱਲ ਠੀਕ ਆ ਭਾਈ, ਸਤਿ ਸ਼੍ਰੀ ਅਕਾਲ। ਚਾਹ ਪੀਂਦੇ ਹਾਂ ਫਿਰ ਛੱਡਦੇ ਹਾਂ ਲਗਾਮਾਂ ਘੋੜੇ ਦੀਆਂ। ਬਾਈ ਇਹਦਾ ਕੋਈ ਫਾਇਦਾ ਨਹੀਂ ਹੈਗਾ, ਗਰਮੀ ਦੇ ਨਾਲ ਇਦੋਂ ਵੱਧ ਕੱਪੜੇ ਭਿੱਜ ਜਾਂਦੇ ਲੈ।
ਕੋਈ ਫਾਇਦਾ ਨਹੀਂ ਇਹਦਾ, ਫੇਰ ਇਹ ਸਿਸਟਮ ਫੇਲ ਆ ਬਾਈ ਫੇਲ। ਇਹ ਤਾਂ ਉਧਰੇ ਚੱਲਦਾ ਲੇਹ ਲਦਾਖ ਕਿੰਨੀ। ਲਓ ਜੀ ਆਪਾਂ ਇਸ ਟਾਈਮ ਖੜੇ ਆਨੰਦਪੁਰ ਆਗ ਦੇ ਵਿੱਚ, ਇੱਧਰ ਗਗਨਦੀਪ ਬਾਈ ਹੋ ਗਿਆ ਫੋਰਮ 'ਚ, ਆਪਣੀ ਅਸਲੀ ਯੂਨੀਫੋਰਮ 'ਚ ਆ ਗਿਆ ਹੈ ਬਾਈ ਹੁਣੀ, ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ। ਅਤੇ ਇੱਥੇ ਰੋਕਣੇ ਸੀਗੇ ਆਪਾਂ, ਕਹਿੰਦਾ ਤੁਹਾਨੂੰ ਝਰਨਾ ਦਿਖਾਲਦੇ ਹਾਂ। ਝਰਨਾ ਜਾਂਦੇ ਹੋਏ ਆਪਾਂ ਦੇਖਿਆ ਸੀ ਉਦੋਂ ਹਨੇਰਾ ਸੀਗਾ, ਬੜਾ ਪਿਆਰਾ ਲੱਗਦਾ ਇਨਸਾਨੀ ਅੱਖ ਨਾਲ ਕੈਮਰੇ 'ਚ ਪਤਾ ਨਹੀਂ ਕਿੱਦਾਂ ਦਾ ਲੱਗਦਾ ਹੋਣਾ ਆ। ਦੇਖੋ ਜੀ ਅਨੰਦਪੁਰ ਯਾਰ, ਅਤੇ ਅਨੰਦਪੁਰ ਆ ਗਿਆ ਇੱਧਰ ਨੂੰ ਪੌੜ ਤੋਂ ਥੱਲੇ ਜਿਹਾ ਪੈ ਜਾਂਦਾ ਸ਼ਹਿਰ ਜਿਹਾ। ਲਓ ਜੀ ਮੀਂਹ ਫੇਰ ਸਟਾਰਟ ਹੋ ਗਿਆ, ਅਤੇ ਆ ਉੱਤਰਾਖੰਡ। ਆਪਾਂ ਲੰਗਾਸੂ ਦੇ ਲਾਗੇ ਜਿਹਾ ਪਹੁੰਚ ਗਏ ਹਾਂ, ਅਤੇ ਮੈਂ ਕਿਹਾ ਬਾਈ ਰੋਕ ਲੈਂਦੇ ਹਾਂ, ਸਟਰਿੰਗ ਨਹੀਂ ਮਿਲੀ, ਅੱਜ ਚੱਲੂ ਜੀਰਾ। ਜੀਰਾ ਐਨਰਜੀ ਡਾਊਨਲੋਡ ਕਰੂ, ਐਨਰਜੀ ਹੁਣ ਥੋੜ੍ਹੀ ਜਿਹੀ ਡਾਊਨ ਹੋਈ ਸੀਗੀ। ਲਓ ਜੀ ਜੀਰਾ ਜੂਰੇ ਦੇ ਨਾਲ ਐਨਰਜੀ ਡਾਊਨਲੋਡ ਕਰਕੇ ਲਗਾਮਾਂ ਛੱਡੀਆਂ ਘੋੜੇ ਦੀਆਂ, ਆਪਾਂ ਆ ਗਏ ਹਾਂ ਉੱਥੋਂ ਜਿੱਥੇ ਜੀਰਾ ਪੀਤਾ ਸੀ। ਲੰਗਾਸੂ ਜਾਣੀ ਆਪਾਂ ਕਰੋਸ ਕਰੇ ਆਏ ਹਾਂ, ਅਤੇ ਇੱਥੇ ਮੀਂਹ ਹੈ ਨਹੀਂ ਗਾ। ਉਹ ਆਲਾ ਦੁਆਲਾ ਦੇਖੋ ਤੁਸੀਂ, ਮਾਰੋ ਜਰਾ ਨਿਗਾਹ ਦੀ UK ਨੰਬਰ। ਉਹ ਬੂਟਾ ਅੰਬ ਦਾ ਰਹਿੰਦਾ ਮਸਤ ਵਿੱਚ ਓਕੇ ਲਿਆਂਦੇ, ਉਹ ਕਬਰੂ ਮਸਤ ਰਹੇ ਵਿੱਚ ਆਣ ਦੀਆਂ ਮੁਟਿਆਰ। ਉਹ ਮੈਂ ਕਿਹਾ ਸੰਦਲੀ ਜੱਟੀ ਦੇ ਖਿੱਚ ਗਏ ਹੋਏ, ਘਰ ਪੰਡਤਾਂ ਦੇ ਮੁਰਗੇ ਰਿੱਝ ਗਏ ਹੋਏ, ਉਹ ਦਾਰੂ ਕਾਜੀਆਂ ਦੇ ਮੁੰਡੇ ਪੀਣੇ ਗਿੱਜ ਗਏ ਹੋਏ। ਕਣ ਟੁੱਟ ਗਿਆ ਹਾਏ ਨੀ, ਹਾਏ ਨੀ ਸਾਰੀ ਦੁਨੀਆ ਦਾ ਰਪਾ ਲੰਦੇ ਹੀ ਲੰਦੇ ਆ, ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ। ਇਸ ਟਾਈਮ ਆਪਾਂ ਖੜੇ ਹਾਂ ਜੀ ਕਰਨ ਪ੍ਰਯਾਗ, ਆਹ ਵਗਦੀ ਨਦੀ ਅਲਕਨੰਦਾ। ਜਿੱਦਣ ਗਏ ਹਾਂ ਉਦਣ ਇੰਨਾ ਪਾਣੀ ਨਹੀਂ ਚੜਿਆ, ਪਾਣੀ ਦੇ ਲੋ ਕਿੰਨਾ ਚੜਿਆ, ਇੱਕ ਦਿਨ ਮੀਂਹ ਪੈਣ ਨਾਲ, ਅਤੇ ਮੀਂਹ ਕਹਿੰਦਾ ਬਈ ਚੱਲ ਰੌੜਕੀ ਵਾਲਿਆ ਜਿੱਥੇ ਤੱਕ ਚੱਲਦਾ ਆ, ਇਹ ਤਾਂ ਉਹ ਗੱਲ ਹੋ ਗਈ, ਜਿੱਥੇ ਚੱਲੂੰਗਾ ਚੱਲੂੰਗਾ, ਨਾਲ ਤੇਰੇ ਵੀ ਟਿਕਟਾਂ 2 ਲੈ ਲਈ। ਅਤੇ ਆਪਾਂ ਵੇਖਿਆ ਮੈਂ ਕਿਹਾ ਗੱਲੇ ਹੀ ਕੋਈ ਨਹੀਂ ਯਾਰ, ਮੈਂ ਕਿਹਾ ਸਾਡੇ ਤਾਂ ਕਦੇ ਜੇ ਹੜ੍ਹ ਆਏ ਹੋਣ, ਨੁਕਸਾਨ ਤਾਂ ਚੱਲ ਸਾਡੇ ਹੁੰਦਾ ਹੀ ਹੁੰਦਾ ਜਦੋਂ ਹੜ੍ਹ ਆਉਂਦੇ ਆ, ਅਤੇ ਨੁਕਸਾਨ ਹੋਣ ਤੋਂ ਬਾਅਦ ਅਸੀਂ ਰੋਈ ਪਿੱਟੀ ਦਾ ਨਹੀਂ, ਅਸੀਂ ਪੰਜਾਬੀ ਕੌਮ ਹੀ ਇੱਦਾਂ ਦੀ ਹਾਂ। ਅਸੀਂ ਮੁੜ ਕੇ ਉਹ ਹੜ੍ਹ ਦੇ ਪਾਣੀ ਵਿੱਚ ਨਹਾਉਣ ਲੱਗ ਪਈਦਾ, ਫਿਰ ਲੱਤਾਂ ਪੈਰਾਂ ਨਾਲ ਕੁੱਟੀਦਾ ਪਾਣੀ ਹੈ ਜੀ, ਕਿਤੇ ਨਹੀਂ ਮੈਂ ਕਿਹਾ ਬਰੀ ਜਲ ਜਿੰਨਾ ਵਰਨਾ ਆ, ਅੱਜ ਨਹੀਂ ਹੜ੍ਹ ਦੇ ਸੈਕਲ ਭਜਾੜੋ। ਇਹ ਹੈ ਜੀ ਏਰੀਆ ਜਿਹੜਾ ਕਸਬਾ ਗੋਚਰ, ਗੋਚਰ ਕਸਬਾ ਬਾਹਲਾ ਹੀ ਸੋਹਣਾ ਹੈ, ਜਾਂਦੇ ਹੋਏ ਆਪਾਂ ਤਾਂ ਪੂਰਾ ਆਨੰਦ ਮਾਣਿਆ ਸੀ, ਪਰ ਵੀਡੀਓ ਨਹੀਂ ਸ਼ੂਟ ਕੀਤੀ ਸੀ। ਆਲੇ ਦੁਆਲੇ ਇਹਦੇ ਪਹਾੜ ਆ ਥੋੜ੍ਹੀ ਦੂਰ ਦੂਰੀ ਦੇ, ਅਤੇ ਪਹਾੜਾਂ ਦੀ ਗੋਦ ਵਿੱਚ ਐਨ ਵਸਿਆ, ਚਾਰੇ ਪਾਸੇ ਇਹਦੇ ਪਹਾੜ ਆ, ਇਹਦੇ ਬਹੁਤ ਆਨੰਦ ਵੱਜਦਾ ਇੱਥੇ ਵੀ। ਆਪਾਂ
ਪੂਰਾ ਆਨੰਦ ਮਾਣਿਆ ਸੀ ਜਾਂਦੇ ਹੋਏ, ਅਤੇ ਮੈਂ ਕਿਹਾ ਹੁਣ ਵੀਡੀਓ ਸ਼ੂਟ ਕਰਦੇ ਹਾਂ। ਜੇ ਕਿਤੇ ਕੋਈ ਉੱਚੀ ਜਿਹੀ ਜਗ੍ਹਾ ਮਿਲ ਜਾਂਦੀ ਹੈ ਨਾ ਇੱਥੇ, ਫਿਰ ਤੁਹਾਨੂੰ ਆਲਾ ਦੁਆਲਾ ਸਾਰਾ ਹੀ ਦਿਖਾ ਦੇਣਾ। ਬਹੁਤ ਸੋਹਣਾ ਥਾਂ 'ਤੇ ਵਸਿਆ ਆਇਆ ਇਹ ਕਸਬਾ ਜਿਹਾ। ਇਹ ਨਗਰਾਸੂ ਤੋਂ ਜਦੋਂ ਆਪਾਂ ਕਰਨ ਪ੍ਰਯਾਗ ਵੱਲ ਨੂੰ ਜਾਂਦੇ ਹਾਂ ਉਸ ਰਸਤੇ 'ਤੇ ਆ, ਅਤੇ ਆਪਾਂ ਹੁਣ ਕਰਨ ਪ੍ਰਯਾਗ ਤੋਂ ਨਗਰਾਸੂ ਵੱਲ ਨੂੰ ਜਾ ਰਹੇ ਹਾਂ, ਅਤੇ ਖੁਆਲੇ ਦੁਆਲੇ ਦੇ ਪਹਾੜ ਬਹੁਤ ਸੋਹਣੇ ਆ ਇਹਦੇ। ਕਾਫੀ ਵੱਡਾ ਕਸਬਾ ਆ, ਉੱਧਰ ਕੈਮਰਾ ਵੱਜਣਾ ਨਹੀਂ ਹੈਗਾ, ਥੋੜ੍ਹੇ ਕਰਕੇ ਆਪਣੇ ਹੱਥਾਂ 'ਚ ਪ੍ਰੋਬਲਮ ਆ, ਨਹੀਂ ਤਾਂ ਤੁਹਾਨੂੰ ਦਿਖਾਲਦੇ। ਚਲੋ ਇੱਦਾਂ ਹੀ ਆਨੰਦ ਮਾਣੋ ਤੁਸੀਂ, ਸਾਰਾ ਪਹਾੜ ਦਿਖਾਲਦੇ। ਦੇਖੋ ਇਹ ਬੈਕ ਸਾਈਡ 'ਤੇ ਇਹਦੇ ਸ਼ਹਿਰ ਦੇ। ਆ ਜਾਓ ਹੁਣ ਕੈਮਰਾ ਕਰੀਏ ਬੰਦ। ਲਓ ਜੀ ਇੱਧਰ ਗਗਨ ਦੀ ਬਾਈ ਅਤੇ ਉੱਧਰ ਆਪਣੇ ਘੋੜੇ, ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ। ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਪਹੁੰਚ ਗਏ ਜੀ ਆਪਾਂ ਗੁਰੂ ਘਰ ਨਗਰਾਸੂ, ਅਤੇ ਹੁਣ ਪ੍ਰਸ਼ਾਦਾ ਪਾਣੀ ਸਵੇਰ ਦਾ ਨਹੀਂ ਛਕਿਆ, ਰਾਤ ਦਾ ਹੀ ਛਕਿਆ ਸੀ। ਪਹਿਲਾਂ ਛਕੀਏ ਪ੍ਰਸ਼ਾਦਾ ਪਾਣੀ, ਅਤੇ ਪ੍ਰਸ਼ਾਦਾ ਪਾਣੀ ਚੱਕ ਕੇ ਛੱਕ ਕੇ ਬਣ ਜਾਣੀ ਐਨਰਜੀ, ਅਤੇ ਫਿਰ ਸ਼੍ਰੀਨਗਰ ਵਾਂਗੂ ਵੱਲ ਨੂੰ ਪਾਈ ਕਹਿੰਦਾ ਲਗਾਮਾਂ ਛੱਡਣੀਆਂ। ਪਰ ਆਪਣੀ ਜ਼ਬਾਨ ਤਾਂ ਇੰਨੇ ਕੁ ਨਾ ਤਤਲਾਉਣ ਲੱਗ ਪਈ ਆ, ਪਰ ਮੰਨਣੀ ਪੈਣੀ ਆ, ਵੱਡਾ ਆ ਸੀਨੀਅਰ ਆ, ਇਹ ਨਹੀਂ ਟਲਦਾ ਭਰਾਵੋ। ਪਹਿਲਾਂ ਤਾਂ ਨਾ ਜਾ ਕੇ ਬਾਈ ਕੋਲੋਂ ਪੁੱਛਣਾ ਮਸਾਲਾ ਕਿਹੜਾ ਘਰ ਦੇ ਬਣਾਉਂਦੇ ਤੇਰੇ, ਵੀ ਜਿਹੜੇ ਤੈਨੂੰ ਥਕਾਵਟ ਨਹੀਂ ਹੁੰਦੀ। ਲਓ ਜੀ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਘਰ ਨਗਰਾਸੂ ਤੋਂ ਆਪਾਂ ਛੱਡੀਆਂ ਲਗਾਮਾਂ ਘੋੜੇ ਦੀਆਂ। ਉਹ ਜਾਂਦਾ ਗਗਨ ਦੀ ਬਾਈ, ਕਿੱਥੇ ਟਲਦਾ ਵਡਵਾਲੀ ਵਾਲਾ। ਮੈਂ ਕਿਹਾ ਬਾਈ 73 ਕਿਲੋਮੀਟਰ ਹੋ ਗਿਆ, ਰੋਕ ਲੈਂਦੇ ਹਾਂ, ਰੈਸਟ ਰੁਸਟ ਕਰ ਲੈਂਦੇ ਹਾਂ, ਨਾਲੇ ਲੀੜਾ ਲੱਥਾ ਧੋ ਲੈਂਦੇ ਹਾਂ। ਕਹਿੰਦਾ ਨਹੀਂ ਸ਼੍ਰੀਨਗਰ ਪਹੁੰਚਣਾ ਆ, ਨਗਰਾਸੂ ਤੋਂ ਸ਼੍ਰੀਨਗਰ ਹਾਲੇ 50 ਕਿਲੋਮੀਟਰ ਆ। ਹੋਰ ਬਹੁਤ ਜ਼ੋਰ ਲਵਾਉਂਦਾ ਬਈ ਕੁਲੰਦਰ। ਆ ਜਾ ਕੱਢ ਲੈਣਾ ਵੀ ਆਪਾਂ ਸਫ਼ਰ, ਆਲੇ ਦੁਆਲੇ ਦਾ ਆਨੰਦ ਮਾਣਦੇ ਹਾਂ, ਕੁਦਰਤ ਨੂੰ ਮਾਣਦੇ ਹਾਂ। ਦੇਖੋ ਤਾਂ ਮੀਂਹ ਵੀ ਹਟ ਗਿਆ, ਕਹਿੰਦਾ ਹੁਣ ਇਹ ਤਾਂ ਹਾਲੇ ਢੀਠ ਆ ਪੰਜਾਬ ਵਾਲੇ, ਮੇਰਾ ਕਦੇ ਪਾਣੀ ਨਾ ਮੁੱਕ ਜਾਵੇ। ਉਹ ਬੱਲੇ ਤੂਫਾਨ ਸਿਆ ਨਜ਼ਾਰਾ ਬਣਤਾ। ਸਮਾਂ ਹੋ ਗਿਆ ਜੀ 5:30 ਦਾ, ਅਤੇ ਪਹੁੰਚ ਗਏ ਆਪਾਂ ਰੁਦਰ ਪ੍ਰਯਾਗ। ਇਹ ਆ ਜੀ ਰੁਦਰ ਪ੍ਰਯਾਗ, ਅਤੇ ਇੱਧਰ ਬਾਗ ਦੀ ਅਲਕ ਨੰਦਾ, ਇੱਧਰ ਰੁਦਰ ਪ੍ਰਯਾਗ। ਬਹੁਤ ਵੱਡਾ ਸ਼ਹਿਰ ਆ ਯਾਰ ਪ੍ਰਯਾਗ, ਆ ਫਿਰ ਪੰਜਾਂ ਪ੍ਰਯਾਗਾਂ 'ਚੋਂ ਇੱਕ ਪ੍ਰਯਾਗ ਆ, ਇੱਕ ਇੱਧਰ ਸ਼ਹਿਰ ਅਤੇ ਇੱਧਰ ਵੀ ਦਿਖਾ ਦਿੰਦੇ ਜੂਮ ਕਰਕੇ। ਉਹ ਦੇਖੋ ਬੜਾ ਤਕੜਾ ਸ਼ਹਿਰ ਵਸਿਆ ਬਈ, ਇਹ ਆਪਾਂ ਜਾਂਦੇ ਹੋਏ ਵੀ ਸਫ਼ਰ ਤੁਹਾਨੂੰ ਦਿਖਾ ਲਿਆ ਜੀ ਸ਼ਹਿਰ। ਹੁਣ ਸਫ਼ਰ ਰਹਿ ਗਿਆ ਆਪਣਾ 30 ਕਿਲੋਮੀਟਰ ਸ਼੍ਰੀਨਗਰ ਤੱਕ, ਹਨੇਰਾ ਹੋਊਗਾ, ਲਾਈਟਾਂ ਲੱਗਣਗੀਆਂ, ਅਤੇ ਆਪਣੇ ਤੂਫਾਨ ਪਰਵਾਹ ਨਹੀਂ ਮੰਨਣੀ। ਗਗਨ ਦੀ ਬਾਈ ਵੀ ਕਹੇ ਨਾ ਵੀ ਤੂਫਾਨ ਤੂਫਾਨ ਨਹੀਂ।
ਆਪਾਂ ਇਸ ਟਾਈਮ ਖੜ੍ਹੇ ਹਾਂ ਨਾਰਕੋਟਾ ਉੱਤਰਾਖੰਡ। ਨਾਰਕੋਟਾ ਦੇ ਵਿੱਚ ਪੁਲ ਪਾਪਾ ਲੰਘ ਜਾਈਦਾ ਹੈ ਬਈ, ਮਜ਼ਾ ਆ ਗਿਆ, ਪਰ ਬਣਾਉਣੇ ਬੜੇ ਔਖੇ। ਉਹ ਦੇਖੋ ਪੁਲ ਬਣਦਾ ਆਉਂਦੇ, ਇਹ ਚਾਹਣਾ ਆਪਾਂ ਉਸੇ ਰੋਡ ਵੱਲ ਨੂੰ ਇੱਦਾਂ, ਅਤੇ ਇਹ ਇੱਧਰੋਂ ਆਪਾਂ ਆਏ ਹਾਂ, ਇੱਧਰੋਂ ਗੱਡੀ ਆਉਂਦੀ ਆ, ਇਹ ਇੱਧਰਲੇ ਪਾਸੇ ਜੋੜ ਦੇਣਾ ਇਹਨਾਂ ਨੇ ਤਾਂ। ਚੰਗਾ ਤਕੜਾ ਹੀ ਪ੍ਰੋਜੈਕਟ ਲੱਗਾ ਹੋਇਆ ਇੱਧਰ ਦੇਖੋ, ਅਤੇ ਇਹਦੇ ਪਿੱਛੇ ਇੱਕ ਟਨਲ ਬਣਦੀ ਆ, ਉੱਥੇ ਕੈਮਰਾ ਲਿਜਾਣ ਦੀ ਇਜਾਜ਼ਤ ਨਹੀਂ ਆਪਾਂ ਪੁੱਛਿਆ ਸੀਗਾ, ਨਹੀਂ ਤਾਂ ਉਹ ਵੀ ਦਿਖਾ ਦੇਣੀ ਸੀਗੀ ਆਪਾਂ। ਨਾਰਕੋਟਾ ਚੱਲ ਬਈ ਤੂਫਾਨ ਸਿਆ, ਵਧੀਏ ਲਾਈਟਾਂ ਵੀ ਲਾਉਣੀਆਂ ਪੈਣੀਆਂ ਹੋਰ ਅੱਧੇ ਕੁ ਘੰਟੇ ਤੱਕ। ਲਓ ਜੀ ਲਾਈਟਾਂ ਗਈਆਂ ਲੱਗ ਘੋੜੇ ਆਪਣੇ, ਅਤੇ ਸਫ਼ਰ ਆਪਣਾ ਹਾਲੇ 20 ਕਿਲੋਮੀਟਰ ਪਿਆ ਆ, ਬੈਕ 'ਤੇ ਵੀ ਲਾ ਦਿੱਤੀ ਆ ਅਤੇ ਫਰੰਟ 'ਤੇ ਵੀ ਹੋ ਗਈ ਆ, ਮਾਰਦੀ ਪੂਰੀ ਹੈ ਨਾ ਫਿਰ ਲਸਕੂਰ। ਆ ਜਾਓ ਫਿਲਹਾਲ ਛੱਡਦੇ ਹਾਂ ਲਗਾਮਾਂ ਤੂਫਾਨ ਦੀਆਂ। ਲਓ ਜੀ ਚਮਕਦਾ ਕਿ ਨਹੀਂ ਸ਼੍ਰੀਨਗਰ ਰਾਤ ਨੂੰ, ਉਹ ਬੂੜਿਆ ਖਰਾ ਜਿਹਾ, ਉੱਥੇ ਜਾ ਕੇ ਦੇਖਦੇ ਕਿੰਨਾ ਰਹਿ ਗਿਆ, ਲਾਈਟਾਂ ਲੈ ਪਈਆਂ, ਸਮਝ ਲਾ ਸ਼੍ਰੀਨਗਰ ਪਹੁੰਚ ਗਏ। ਅਤੇ ਸਮਾਂ ਹੋ ਗਿਆ ਆ 8:30 ਦਾ ਜੀ, ਹਾਲੇ ਲੱਗਣਗੇ 10-15 ਮਿੰਟ ਗੁਰੂ ਘਰ ਤੱਕ ਪਹੁੰਚਣ ਲਈ। ਹਾਂਜੀ ਸੰਗਤ ਜੀ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਸ਼੍ਰੀਨਗਰ ਉੱਤਰਾਖੰਡ, ਅਤੇ ਨਹਾ ਧੋ ਲਿਆ ਆ, ਅਤੇ ਲੀੜਾ ਲੱਥਾ ਬਹੁਤ ਧੋਣ ਵਾਲਾ ਸੀਗਾ, ਆਹ ਸਾਰਾ ਹੀ ਦੇਖ ਲਓ, ਇਸ ਕਰਕੇ ਟਾਈਮ ਨਹੀਂ ਲੱਗਾ ਫਤਿਹ ਬੁਲਾਉਣ ਦਾ, ਅਤੇ ਹੁਣ ਮੈਂ ਕਿਹਾ ਚਲੋ ਇੱਦਾਂ ਹੀ ਬੁਲਾ ਦਿੰਦੇ ਨਾ। ਠੀਕ ਹੈ ਸੰਗਤ ਜੀ ਮਿਲਦੇ ਹਾਂ ਫਿਰ ਕੱਲ੍ਹ ਨੂੰ, ਅਤੇ ਕੱਲ੍ਹ ਨੂੰ ਰੂਟ ਆਪਾਂ ਥੋੜ੍ਹਾ ਜਿਹਾ ਚੇਂਜ ਕਰਨਾ ਆ ਗੁਰੂ ਘਰ ਕਰਕੇ, ਅਤੇ ਆਪਾਂ ਰੂਟ ਚੇਂਜ ਕਰਨਾ ਆ ਆਪਣੇ ਰਿਸ਼ੀਕੇਸ਼ ਤੋਂ। ਠੀਕ ਹੈ ਸੰਗਤ ਜੀ ਮਿਲਦੇ ਹਾਂ ਫਿਰ ਕੱਲ੍ਹ ਦੀ ਵੀਡੀਓ 'ਚ, ਸਾਰਿਆਂ ਰੁੜਕੀ ਵਾਲੇ ਵੱਲੋਂ ਅਤੇ ਰੁੜਕੀ ਵਾਲੇ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ।